ਭਾਂਡੇ ਵਾਲੀ ਦੁਕਾਨ 'ਤੇ ਆ ਗਏ ਸੀ ਉਦੋਂ ਬਾਅਦ, ਅਤੇ ਸੋਚਿਆ ਵੀ ਚਲ ਆਹ ਲਈਏ ਫੱਟੀ ਬੈਠਣ ਵਾਸਤੇ। ਕਈ ਵਾਰੀ ਕੰਮ ਕੁੰਮ ਕਰਦੇ ਹਾਂਗੇ, ਫੱਟੀ ਵੀ ਜ਼ਰੂਰੀ ਆ, ਪੀੜ੍ਹੀ ਲਾ ਲਓ ਕੋਈ, ਅਤੇ ਉਹ ਲੈਂਦੇ ਹਾਂਗੇ। ਅਤੇ ਬਾਕੀ ਚਲੋ ਦੇਖਦੇ ਹਾਂਗੇ ਕਿਹੜੀ ਲੈਂਦੇ ਹਾਂਗੇ, ਰੰਗ ਬਿਰੰਗ ਵੀ ਕਈ ਰੰਗ ਨੇਗੇ, ਜਿਹੜੀ ਜੀ ਕਰਦਾ ਲੈਂਦੇ ਹਾਂ। ਆਹ ਨੀਲੇ ਜਿਹੇ ਕਲਰ 'ਚ, ਇਹਦੇ ਨਾਲ ਕੋਈ ਹੋਰ ਠੋਸ ਨਹੀਂ ਹੈ, ਥੋੜ੍ਹੀ ਉੱਚੀ ਹੋਵੇ ਮਾੜੀ ਮੋਟੀ, ਕਿਸੇ ਨਾਲ ਥੋੜ੍ਹੀ ਜਿਹੀ ਹਲਕੀ ਜਿਹੀ ਉੱਚੀ ਹੋਵੇ, ਦੇਖ ਲਓ ਇਹ ਜ਼ਿਆਦਾ ਨੀਵੀਂ ਜਿਹੀ ਰਹਿ ਜਾਂਦੀ ਹੈ, ਦੇਖ ਲਓ ਜੇ ਹਲਕੀ ਜਿਹੀ ਮਿਲ ਜੇ ਉੱਚੀ। ਬਾਬਾ ਠੀਕ ਨਹੀਂ ਹੈਗੇ ਨਾ, ਹੁਣ ਤਾਂ ਵੈਸੇ ਠੀਕ ਆ, ਇਹ ਤੋੜ ਕੇ ਦੇਖ ਰਿਹਾ। ਵਾਹ ਜੀ ਵਾਹ, ਬਾਬਾ ਦੇਖੋ ਮੁੱਕੇ ਮਾਰ ਮਾਰ ਤੋੜ ਰਿਹਾ ਹੈਗਾ। ਇਹ ਹੁਣ ਆਹ ਚੌਰਸ ਜੀ ਲੈ ਲਈ, ਚੌਰਸ ਜੀ ਦੀ ਕਲਰ ਤਾਂ ਜਿਹੜਾ ਮਰਜ਼ੀ ਲੈ ਲਓ, ਜੇ ਹੈਗੀ ਤਾਂ ਉਹ ਕਲਰ 'ਚ ਦੇਖ ਲਓ, ਨੀਲੇ ਜਿਹੇ 'ਚ ਹੈਗੀ ਜੇ ਕੋਈ। ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈਗੀ, ਬਚ ਕੇ ਚੱਲੋ, ਸੜਕ ਦੇ ਉੱਤੇ ਕੁਛ ਨਹੀਂ ਦਿਖਦਾ ਹੈਗਾ, ਅਤੇ ਅਸੀਂ ਅਜੇ ਘੁੰਮਣ ਮਹਾਂ ਚੱਲ ਦੇਖਦੇ ਹਾਂ। ਬਾਕੀ ਧੁੰਦ ਆ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਆ, ਮਾੜਾ ਦੇਖ ਕੇ ਜੋ ਵੀ ਆਪਦਾ ਹੈਗਾ ਭਾਈ, ਕੋਈ ਵੀ ਤੁਹਾਡੇ ਕੋਲ ਵਾਹਨ ਕੋਈ ਵੀ ਹੈਗਾ, ਗੱਡੀ ਆ ਮੋਟਰਸਾਈਕਲ ਆ, ਤਾਂ ਵੀਰੇ ਥੋੜ੍ਹਾ ਜਿਹਾ ਦੇਖ ਕੇ ਚਲਾਇਆ ਕਰੋ, ਧੁੰਦ ਬਹੁਤ ਜ਼ਿਆਦਾ ਹੈਗੀ। ਜਾਮ ਲੱਗਿਆ ਹੋਇਆ ਸਮਾਣੇ ਮੇਨ ਰੋਡ ਦੇ ਉੱਪਰ ਹੀ ਆ, ਜਿਹੜਾ ਤਹਿਸੀਲ ਰੋਡ ਆ ਉਹਤੇ ਲੱਗਿਆ ਹੋਇਆ ਜਾਮ ਇਹ। ਸ਼ੁਕਰਾ ਜਾਮ ਹਟਿਆ, ਮਾੜਾ ਮੋਟਾ ਪਰਾਂ ਹੋਇਆ ਜਾਮ, ਸ਼ੁਕਰਾ ਜਾਮ ਬਾਬੇ ਹਟ ਗਿਆ ਨਾ, ਮਸਾਂ ਜਾਨ ਛੁੱਟੀ ਹੈਗੀ। ਕੀ ਗੱਲ, ਬਾਜੂ ਨਾਲ ਕੁੱਟਮਾਰ ਹੋ ਰਹੀ ਆ, ਬਾਜੂ ਚਾਹ ਪੀ ਰਿਹਾ ਹੋਏ, ਹੈਂ ਚਾਹ ਪੀ ਰਿਹਾ, ਚਾਹ ਕੇ ਦੱਦਾ ਇਹ, ਹੈਂ ਦਿਖਾ ਦੇ ਦਿਖਾ ਕੀ ਆ, ਚਾਹ ਕੇ ਦੱਦਾ, ਲੈ ਵੀ ਬਾਜੂ ਪੀ ਰਿਹਾ ਹੈਗਾ ਚਾਹ, ਇਹਦੇ ਕਰਕੇ ਧੁੰਦ ਆਈ ਆ ਇਹ, ਜੇ ਕਿਤੇ ਚਾਹ ਨਾ ਪੀਂਦਾ ਫਿਰ ਧੁੰਦ ਨਹੀਂ ਪੈਂਦੀ ਤੀ। ਤੂੰ ਕਿਵੇਂ ਢੋਲ ਜਾ ਬਜਾ ਰਿਹਾ, ਹੈਂ ਉਈ ਖਿੱਚ ਜਾ ਸਾਰੀ, ਫਿਰ ਪਊਗੀ ਧੁੰਦ, ਚੰਗਾ ਖਿੱਚ ਜਾ ਖਿੱਚ ਜਾ। ਅੱਜ ਇੰਨੀ ਧੁੰਦ ਆ ਗਈ, ਪਿੰਡ ਦਾ ਪਤਾ ਨਹੀਂ ਲੱਗਦਾ ਪਿੰਡ ਕਿੱਥੇ ਗਾ, ਇੰਨੀ ਜ਼ਿਆਦਾ ਧੁੰਦ ਪਈ ਹੋਈ ਹੈਗੀ ਅੱਜ, ਅਤੇ ਰੋਜ਼ ਦਾ ਹੀ ਵੈਸੇ ਧੁੰਦ ਕਾਫੀ ਹੁੰਦੀ ਆ, ਰੋਜ਼ ਇਹ ਤੁਹਾਨੂੰ ਦਿਖਾਉਂਦੇ ਹਾਂਗੇ। ਮੈਂ ਹੁਣ ਚੜ੍ਹਿਆ ਤੀ ਸਵੇਰੇ ਸਵੇਰੇ ਉੱਪਰ ਕੋਠੇ 'ਤੇ, ਮੈਂ ਤੁਹਾਨੂੰ ਦਿਖਾਉਂਦੇ ਹਾਂਗੇ ਪਿੰਡ ਕਿੱਡਾ ਗਾ ਸਾਡਾ, ਪਰ ਪਿੰਡ ਦਿਖਦੇ ਨਹੀਂ ਵੀ ਪਿੰਡ ਹੈ ਕਿੱਥੇ ਘਰ ਲੱਗਦਾ, ਵੀ ਚਾਰ ਘਰ ਨੇਗੇ। ਦੇਖੋ ਦਿਖਦਾ ਸਾਡਾ ਪਿੰਡ ਕਿੱਥੇ ਆ, ਪਤਾ ਨਹੀਂ ਲੱਗਦਾ ਪਿੰਡ ਕਿੱਥੇ ਗਾ ਸਾਡਾ, ਆ ਸਿਰਫ ਚਾਰ ਘਰ ਦਿਖਦੇ ਨੇਗੇ ਇੱਥੇ, ਇੰਨੀ ਜ਼ਿਆਦਾ ਧੁੰਦ ਆ। ਹਾਂ ਇੱਧਰ ਗਰਾਊਂਡ ਦਾ ਤਾਂ ਜਮੀ ਨਹੀਂ ਪਤਾ ਲੱਗਦਾ ਵੀ ਗਰਾਊਂਡ ਕਿੱਥੇ ਕਾ, ਦੇਖੋ ਬਿਲਕੁਲ ਪਿੰਡ ਦਾ ਪਤਾ ਹੀ ਨਾ ਕਿੱਥੇ ਗਾ ਪਿੰਡ, ਇੰਨੀ ਜ਼ਿਆਦਾ ਧੁੰਦ ਪਈ ਹੋਈ ਹੈਗੀ ਛੱਡ ਗੱਲਾਂ ਤੋਂ। ਚਲੋ ਬਾਕੀ ਹੁਣ ਚੱਲ ਜਾਂਗੇ, ਕਰ ਦਿਆਂਗੇ ਕੰਮ ਕਾਰ, ਅੱਜ ਪ੍ਰੋਗਰਾਮ ਜਿਹਾ ਵੀ ਆ, ਉੱਥੇ ਵੀ ਜਾਣਾ ਗਾ, ਬਸ ਨਿਕਲ ਦਿਆਂਗੇ, ਬਾਕੀ ਦੇਖਦੇ ਹਾਂ ਕੀ ਬਣਦਾ ਗਾ, ਜੇ ਧੁੰਦ ਥੋੜ੍ਹੀ ਜਿਹੀ ਘੱਟ ਜੇ ਤਾਂ ਚੰਗੀ ਗੱਲ ਆ ਗਈ।